ਗੰਗੂ ਬ੍ਰਾਹਮਣ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀਆਂ ਦੇ ਬਿਰਧ ਮਾਤਾ ਮਾਤਾ ਗੁਜਰੀ ਜੀ ਅਤੇ ਮਾਸੂਮ ਸਮੇਂ ਦੀ ਸਰਕਾਰ ਦੇ ਬਾਗੀ ਨੇ ਧਨ ਮਾਲ ਨੂੰ ਛੁਪਾਉਣ ਤੇ ਰਾਤੋ ਰਾਤ ਅਮੀਰ ਬਣਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਗੰਗੂ ਮਨ ਵਿੱਚ ਸੋਚਦੇ ਇਹਨਾਂ ਦਾ ਕਿਹੜਾ ਹੁਣ ਕੋਈ ਜ਼ੋਰ ਚੱਲਣਾ, ਨਾ ਹੀ ਹੋਰ ਇਹਨਾਂ ਦਾ ਕੋਈ ਵਾਰਸ। ਮਾਤਾ ਜੀ ਨੂੰ ਆਖਣ ਲੱਗਾ, ਤੁਸੀਂ ਐਵੇਂ ਹੀ ਮੈਨੂੰ ਚੋਰ ਬਣਾਉਂਦੇ ਹੋ, ਮੈਂ ਤਾਂ ਤੁਹਾਡੀ ਇਸ ਔਖੀ ਘੜੀ ਵੇਲੇ ਮਦਦ ਕੀਤੀ ਹੈ। ਗੰਗੂ ਆਪਣੇ ਪਾਪ ਛੁਪਾਉਣ ਲਈ ਮਾਤਾ ਜੀ ਨੂੰ ਆਖ ਰਹੀ ਹੈ, ਤੁਸੀਂ ਮੇਰੇ ਤੇ ਝੂਠੀ ਤੁਮਤ ਲਾ ਕੇ ਉਲਟਾ ਮੈਨੂੰ ਹੀ ਚੋਰ ਕਹਿੰਦੇ ਹੋ, ਇਸ ਦਾ ਫਲ ਮੈਂ ਮਰਿੰਡੇ ਥਾਣੇ ਖਬਰ ਕਰਕੇ ਤੁਹਾਨੂੰ ਹੁਣੀ ਭੁਗਤਾਉਣਾ। ਰਾਤ ਕੱਟੀ ਵਿਸ਼ਰਾਮ ਦੀ, ਘਰੇ ਮੇਰੇ ਚੰਗਾ ਮੁੱਲ ਚੁਕਾਉਂਦੇ ਹੋ ਤੁਸੀਂ ਮਾਤਾ। ਰਾਤ ਕੱਟੀ ਵਿਸ਼ਰਾਮ ਦੀ, ਘਰੇ ਮੇਰੇ ਚੰਗਾ ਮੁੱਲ ਚੁਕਾਉਂਦੇ ਹੋ ਤੁਸੀਂ ਮਾਤਾ। ਤਰਸ ਕੀਤਾ ਮੈਂ ਭਲਾ ਕਮਾਉਣ ਬਦਲੇ, ਮੇਰੇ ਪੱਗ ਬਣਾਉਂਦੇ ਹੋ ਤੁਸੀਂ ਮਾਤਾ। ਤਨੋ ਮਨੋ ਮੈਂ ਕੀਤੀ ਹੈ ਟਹਿਲ ਸੇਵਾ, ਸਗੋਂ ਦੋਸ਼ ਲਗਾਉਂਦੇ ਹੋ ਤੁਸੀਂ ਮਾਤਾ। ਮਾਇਆ ਤੁਸਾਂ ਦੀ ਦੇਖੀ ਨਾ ਕਹੇ ਬਿੱਲ, ਮੈਨੂੰ ਚੋਰ ਬਣਾਉਂਦੇ ਹੋ ਤੁਸੀਂ ਮਾਤਾ। ਜੋ ਬਚਨ ਹੰਕਾਰੀ ਨਮਕ ਹਰਾਮੀ ਗੰਗੂ ਆਪਣੇ ਧਰਮ ਤੋਂ ਡਿੱਗਦਿਆਂ ਮਾਤਾ ਗੁਜਰੀ ਜੀ ਨੂੰ ਆਖ ਰਿਹਾ, ਉਹਨਾਂ ਬਚਨਾਂ ਦਾ ਖੁਲਾਸਾ ਤੈਨੂੰ ਸਕੇ ਭੈਣ ਭਰਾ ਬੱਦੋਵਾਲ ਬੀਬੀਆਂ ਦਾ ਢਾਡੀ ਜਥਾ ਉਹ ਕਰ ਰਿਹਾ।